ਸਤਿ ਸ਼੍ਰੀ ਅਕਾਲ ਦੋਸਤੋ। ਇਸ ਸਮੇਂ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਅਵੇਅਰ ਕੀਤਾ ਹੈ, ਜਿੱਥੇ ਕਿ ਲੋਕ ਰਿਸ਼ਵਤਖੋਰੀ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਨੇ। ਇਸੇ ਦੌਰਾਨ ਇੱਕ ਰਿਸ਼ਵਤ ਲੈਂਦੀ ਮਹਿਲਾ ਸਬ ਇੰਸਪੈਕਟਰ SI ਨੂੰ ਉਸ ਸਮੇਂ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀਂ ਫੜ ਲਿਆ ਜਦੋਂ ਉਹ ਕਿਸੇ ਪਾਰਟੀ ਤੋਂ ਰਿਸ਼ਵਤ ਦੇ ਪੈਸੇ ਲੈ ਰਹੀ ਸੀ ਅਤੇ ਇੱਕ ਟਰੈਪ ਲਗਾ ਕੇ ਇਸ SI ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਿੱਥੇ ਕਿ ਇਹ ਮਿੰਨਤਾਂ ਕਰਦੀ ਵੀ ਨਜ਼ਰ ਆਈ, ਜਿੱਥੇ ਕਿ ਲੋਕਾਂ ਤੋਂ ਮਿੰਨਤਾਂ ਕਰਵਾਉਣ ਵਾਲੀ ਅਤੇ ਲੋਕਾਂ ਤੋਂ ਪੈਸੇ ਲੈ ਕੇ ਇਸ ਤਰ੍ਹਾਂ ਰਿਸ਼ਵਤਖੋਰੀ ਨੂੰ ਬੜਾਵਾ ਦੇਣ ਵਾਲੀ ਇਸ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਲੋਕਾਂ ਦਾ ਵੀ ਇਹੀ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਭ੍ਰਿਸ਼ਟ ਲੋਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਜੋ ਕਿ ਦੂਜੇ ਵਧੀਆ ਇਮਾਨਦਾਰ ਲੋਕਾਂ ਦੀ ਗਤੀਵਿਧੀਆਂ ਨੂੰ ਵੀ ਧੁੰਦਲਾ ਕਰਦੇ ਨੇ। ਸੋ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਵੀਡੀਓ ਅਜਿਹੇ ਅਫਸਰਾਂ ਬਾਰੇ। ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ। ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ। पीछे ये कौन है? पीछे चलो, पीछे चलो, चलो दौड़ा ले, ये ले लो, साइड में आ, साइड में बैठा, पब्लिक के ले ले, नंबर मिलान कर, नंबर मिलान कर दो, फाइल ले, यही नो नो, यही कैसे? किस चीज के पैसे लिए आपने? इधर आओ, इधर आप लोग जाइए, जाओ जल्दी जल्दी। आप चल चल आ जाओ।